ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਅਸੀਂ ਇੱਕ ਵਾਰੀ ਫੇਰ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ ਮਲਕ ਰਿਆਜ਼ ਸਾਹਿਬ ਨੇ ਬਿਲਕੁਲ ਜਿਹੜਾ ਨਾ ਖਾਤਾ ਸਾਰਾ ਸਾਫ਼ ਕਰ ਦਿੱਤਾ ਔਰ ਜਿਹੜੀਆਂ ਜਿਹੜੀਆਂ ਚੀਜ਼ਾਂ ਕੁਝ ਬਾਰ ਆਈਆਂ ਨੇ ਉਹ ਅਸੀਂ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਗੋਸ਼ਕੁਜ਼ਾਰ ਕਰ ਚੁੱਕੇ। ਔਰ ਇਹ ਲੰਮਾ ਖਾਤਾ। ਇਹ ਬੜਾ ਗੋਲ ਚੱਕਰ ਹੈ ਲੰਮਾ ਖਾਤਾ। ਔਰ ਜੋ ਅਸੀਂ ਤੁਹਾਡੇ ਨਾਲ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਮਗਜ਼ਮਾਰੀ ਕਰ ਰਹੇ ਸੀ। ਔਰ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਦੱਸ ਰਹੇ ਸੀ ਉਹ ਸਾਰੀਆਂ ਦੀਆਂ ਸਾਰੀਆਂ ਹੁਣ ਕਿਤਾਬੀ ਸ਼ਕਲ ਦੇ ਵਿੱਚ ਬਾਹਰ ਵੀ ਆ ਨਿਕਲਦੀਆਂ। ਕਿਤਾਬੀ ਸ਼ਕਲ ਦੇ ਵਿੱਚ ਆ ਰਹੀਆਂ ਨੇ ਰਸੀਦਾਂ ਦੇ ਤੌਰ ਤੇ ਆ ਰਹੀਆਂ ਨੇ ਪਰਚੀਆਂ ਦੇ ਤੌਰ ਤੇ ਆ ਰਹੀਆਂ ਨੇ ਅਦਾਲਤਾਂ ਦੇ ਵਿੱਚ ਕਾਰਵਾਈ ਦੀ ਸ਼ਕਲ ਦੇ ਵਿੱਚ ਆ ਰਹੀਆਂ ਨੇ ਤੇ ਮੈਂ ਸਭ ਇਹ ਸਾਡੀ ਵੀ ਖੁਸ਼ਕਿਸਮਤੀ ਹੈ ਕਿ ਅਸੀਂ ਜੋ ਤੁਹਾਡੇ ਅੱਗੇ ਗੋਸ਼ਕੁਜ਼ਾਰ ਕਰੀਦਾ ਉਹ ਜਿਹੜਾ ਉਹ ਸੱਚ ਨਿਕਲ ਆਉਂਦਾ ਠੀਕ ਨਿਕਲ ਆਉਂਦਾ ਜਾਂ ਹਕੀਕਤ ਦੇ ਕਰੀਬ-ਕਰੀਬ ਜਾ ਕੇ ਕਿਧਰੇ ਉਹ ਠਹਿਰ ਜਾਂਦਾ ਤੇ ਸਾਨੂੰ ਵੀ ਚਲੋ ਤਸੱਲੀ ਹੋ ਜਾਂਦੀ ਹੈ ਤੇ ਤੁਹਾਨੂੰ ਵੀ ਸਕੂਨ ਆ ਜਾਂਦਾ ਕੀ ਖਿਆਲ ਮਿੱਠਾ ਜੀ ਐਵੇਂ ਨਹੀਂ ਗੱਲ ਅੱਛਾ ਬਰ ਮਲਕ ਰਿਆਜ਼ ਸਾਹਿਬ ਦਾ ਇੰਟਰਵਿਊ ਜਿਹੜਾ ਇਹ ਹੁਣ ਪਤਾ ਨਹੀਂ ਅੱਜ ਆਂਦਾ ਹੈ ਕੱਲ ਆਂਦਾ ਹੈ ਪਰਸੋਂ ਆਂਦਾ ਹੈ ਲੇਕਿਨ ਇਹ ਕੰਨਾਂ ਦੇ ਵਿੱਚੋਂ ਔਰ ਬਾਬਾ ਸੀਰ ਦੇ ਵਿੱਚੋਂ ਧੂਆਂ ਕਢਾ ਦੇਗਾ ਯੂਥੀਆਂ ਦੇ ਵਿੱਚੋਂ ਵੀ ਤੇ ਪੀਰਨੀ ਔਰ ਨਿਆਜ਼ੀ ਦੇ ਵਿੱਚੋਂ ਵੀ ਔਰ ਬੜਿਆਂ ਬੜਿਆਂ ਦਾ ਧੂਆਂ ਜਿਹੜਾ ਉਹ ਕਢਾ ਦੇਗਾ ਇਸ ਗੱਲ ਦੀ ਅਸੀਂ ਗਰੰਟੀ ਦਿੰਨੇ ਆ ਠੀਕ ਹੋ ਗਿਆ ਨਾ ਜੀ ਤੇ ਵੱਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਯੂਥੀਆਂ ਬੜਾ ਰੌਲਾ ਪਾ ਰਹੇ ਸੀ ਖਾਨ ਰਹਾ ਹੋ ਰਿਹਾ ਹੈ ਖਾਨ ਬਾਹਰ ਆ ਰਿਹਾ ਹੈ ਖਾਨ ਦੀ ਜ਼ਮਾਨਤ ਹੋ ਗਈ ਖਾਨ ਆ ਰਿਹਾ ਵਜ਼ੀਰ ਆਜ਼ਮ ਬਣ ਰਿਹਾ ਇਲੈਕਸ਼ਨ ਲੜ ਰਿਹਾ ਫਲਾਂਗ ਕਰ ਰਿਹਾ ਹੈ 2 ਤਿਹਾਈ ਅਕਸਰੀਅਤ 3 ਚੌਥਾਈ ਅਕਸਰੀਅਤ ਹੈ ਜਿਹੜੇ ਬਾਹਰ ਬੈਠੇ ਨੇ ਜਿਹੜੇ ਟਵਿੱਟਰ ਤੇ ਤੇ ਆ YouTubeਾਂ ਤੇ ਔਰ ਕੁਝ ਅਫਗਾਨੀ ਜਿਹੜੇ ਨੇ ਉਹ ਮੁxtਲਫ ਮੁਲਕਾਂ ਚ ਬੈਠੇ ਨੇ ਜਿਵੇਂ ਲੀਬੀਆ ਦੇ ਵਿੱਚ ਕੁਝ ਅਫਗਾਨੀ ਬੈਠੇ ਨੇ ਉਹ ਪਾਕ ਫੌਜ ਦੇ ਖਿਲਾਫ ਸੋਸ਼ਲ ਮੀਡੀਆ ਤੇ ਬੜੀ ਬਕਵਾਸ ਯਾਦ ਕਰਦੇ ਨੇ ਪਖਤੂਨ ਹਾ ਦੇ ਵਿੱਚੋਂ ਇਸ ਤਰ੍ਹਾਂ ਹੋਰ ਵੀ ਅਮਰੀਕਾ ਦੇ ਵਿੱਚ ਜਿਹੜੇ ਅਫਗਾਨੀ ਇਹ ਮਿਕਸ ਸਾਰਾ ਖਾਤਾ ਬੈਠਾ ਹੈ ਇਹ ਸਾਰਾ ਤੇ ਇਹ ਜਿਹੜੇ ਨੇ ਇਹ ਆਗਿਆ ਖਾਨ ਤੇ ਛਾਗਿਆ ਖਾਨ ਤੇ ਅੰਜ ਹੋ ਗਿਆ ਤੇ ਉਹ ਹੋ ਗਿਆ ਤੇ ਇਹ ਇਹ ਕਿਧਰੇ ਵੀ ਨਹੀਂ ਜੇ ਆਉਂਦਾ ਪਿਆ ਇਸ ਉਤਾਂ ਚੜਨਾ ਜੇ ਦੀਵਾਰ ਦੇ ਉੱਤੇ ਲਿਖੇ ਆ ਕੋਈ ਬਾਲੇ ਇਹ ਪਾਕਿਸਤਾਨ ਦੇ ਮੁਕੱਦਰ ਨਾ ਹਰੇ ਹੋਣ ਤੇ ਇਹ ਕਿਧਰੇ ਬਚ ਬੁੱਝ ਜਾਏ ਵਰਨਾ ਇਹ ਖਾਤਾ ਨਿਕਲ ਚੁਕੇ ਆ ਕਿਉਂਕਿ ਯਾ ਪਾਕਿਸਤਾਨ ਰਹਿ ਸਕਦਾ ਤੇ ਯਾ ਇਹ ਨਿਆਜ਼ੀ ਰਹਿ ਸਕਦਾ ਅਸੀਂ ਕਈ ਦਫਾ ਇਹ ਤੁਹਾਡੇ ਅੱਗੇ ਗੋਸ਼ਕੁਜ਼ਾਰ ਕਰ ਚੁਕੇ ਆ اور اس ਤੋਂ علاوہ کوئی حل ਨਹੀਂ ਤੇ ਕੋਈ ਹਿਲਾ ਵੀ ਤੇ ਕੋਈ ਵਸੀਲਾ ਵੀ ਨਹੀਂ ਠੀਕ ਹੋ ਗਿਆ ਤੇ ਗੁਜ਼ਾਰਿਸ਼ ਤੁਹਾਡੇ ਅਗੇ ਇਹ ਹੀ ਹੁੰਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਜਣਾ ਸਾਥੀਆਂ ਕੋਲੋਂ ਵੀ ਕਰਾ ਲਿਆ ਕਰੋ ਲਿੰਕ ਜਿਹੜਾ ਅਗਾਂਹ ਵੀ ਟੁਰਿਆ ਕਰੋ ਤਾਂ ਕਿ ਹਰ ਪਾਸੇ ਇਹ ਗੱਲ ਜਿਹੜੀ ਇਹ ਟੁਰੇ ਔਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਤੁਸੀਂ ਇਹਦੀ ਰਸਾਈ ਪਹੁੰਚਾਇਆ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਅਸਲ ਚੀਜ਼ ਕੀ ਹੈ ਤਬਸਰਾ ਕੀ ਹੈ ਖਬਰ ਕੀ ਹੈ ਅਖਬਾਰ ਕੀ ਹੈ ਠੀਕ ਹੋ ਗਿਆ ਨਾ ਜੀ ਤੇ ਵੱਡੀਆਂ ਖਬਰਾਂ ਲੈ ਕੇ ਆਜ਼ਰ ਹੋਇਆ ਵੱਡੇ ਗੈਂਡੇ ਦਾ ਅਸਤੀਫਾ ਤੇ ਵੱਡੇ ਜਰਨਲ ਦਾ ਇਖਤਸਾਬ ਇਹ ਕੀ ਮਾਮਲਾ ਇਹ ਤੁਹਾਨੂੰ ਦੱਸਨੇ ਅਮਰੀਕਾ ਦੇ ਅਮਰੀਕਾ ਤੋਂ ਵਟਸਐਪ ਮੈਸੇਜ ਨਿਆਜ਼ੀ ਵੱਡ ਗਿਆ ਜੇ ਇਹ ਨਵਾਂ ਕੱਟਾ ਖੁੱਲ ਗਿਆ ਹਰ ਰੋਜ਼ ਕੋਈ ਨਾ ਕੋਈ ਇਹਦੇ ਕਰਤੂਤ ਸਿਆਹ ਜਿਹੜੇ ਨੇ ਉਹ ਸਾਹਮਣੇ ਸਾਡੇ ਆਉਂਦੇ ਨੇ ਔਰ ਸਾਨੂੰ ਵੀ ਯਕੀਨ ਕਰੋਗੇ ਹੁਣ ਤੇ ਅਸੀਂ ਇਹਦੇ ਕਰਤੂਤ 10 10 ਕਿਤ ਬੁੱਢੇ ਹੋ ਚੁੱਕੇ ਆ ਜਦੋਂ ਅਸੀਂ ਇਹਦੇ ਕਰਤੂਤ ਤੁਹਾਨੂੰ ਦੱਸਨੇ ਸ਼ੁਰੂ ਕੀਤੇ ਸੀ ਮੇਰੇ ਸਿਰ ਤੇ ਚੰਗੇ ਭਲੇ ਵਾਲ ਸੀ ਔਰ ਮੈਂ ਚੰਗਾ ਭਲਾ ਜਵਾਨ ਲੱਗਦਾ ਸੀ ਤੇ ਹੁਣ ਮੈਨੂੰ ਹਰ ਜਿਹੜਾ ਮੁੰਡਾ ਕੁੜੀ ਉਹ ਚਾਚਾ ਕਹਿ ਕੇ ਪੁਕਾਰਦੇ ਨੇ ਹਾਲਾਂਕਿ ਉਮਰ ਮੇਰੀ ਅਜੇ ਸਿਰਫ 46 ਸਾਲ ਤੇ ਇਹਦੇ ਕਰਤੂਤ ਜਿਹੜੇ ਨੇ ਉਹਨਾਂ ਤੋਂ ਮਿੱਟੀ ਝਾੜ ਝਾੜ ਕੇ ਔਰ ਇਹਨੂੰ ਬੇਨਕਾਬ ਕਰ ਕਰਕੇ ਅਸੀਂ ਆਪਣਾ ਕੀ ਹਸ਼ਰ ਕਰ ਲਿਆ ਲੇਕਿਨ ਚਲੋ ਕੋਈ ਨਹੀਂ ਇਹ ਵਤਨ ਆਸਤੇ ਅਸੀਂ ਇਹ ਕੁਰਬਾਨੀ ਆਪਣੇ ਸੋਹਣੇ ਬੋਧੇ ਦੀ ਦੇ ਚੜੀਏ ਕੋਈ ਐਸਾ ਮਸਲਾ ਨਹੀਂ ਅਗਲੀ ਖਬਰ ਪੀਰਨੀ ਔਰ ਅਲੀਮਾ ਦਾ ਝਗੜਾ ਫਾਈਨਲ ਆਪਰੇਸ਼ਨ 190 ਮਿਲੀਅਨ ਪਾਉਂਡ ਇਹ ਸਾਰੇ ਕੀ ਮਾਮਲੇ ਹਨ ਇਹ ਅਸੀਂ ਤੁਹਾਨੂੰ ਦੱਸਨੇ ਆ ਚਲੋ ਪਹਿਲੇ ਅਸੀਂ ਜਿਹੜੀ ਤਾਜ਼ਾ ਖਬਰ ਹੈ ਪੀਰਨੀ ਔਰ ਅਲੀਮਾ ਦਾ ਝਗੜਾ ਇੱਥੋਂ ਸ਼ੁਰੂ ਕਰ ਲੈਂਦੇ ਆ ਇਹ ਜਮਾਨ پارک ਜਿਹੜਾ ਇਹ ਮੈਦਾਨ ਜੰਗ ਬਣਿਆ ਪਰਸੋਂ ਤੋਂ ਜਦੋਂ ਦਾ ਉਹ ਖਾਵਰ ਮਨੇਕਾ ਨੇ ਤਹਿਲ ਕ ਮਚਾਇਆ ਤਾਂ ਉਸ ਤੋਂ ਅਗਲੇ ਦਿਨ ਪੀਰਨੀ ਔਰ ਅਲੀਮਾ ਦੀ ਮੁਲਾਕਾਤ ਹੁੰਦੀ ਹੈ ਨਿਆਜ਼ੀ ਦੇ ਨਾਲ ਜੇਲ੍ਹ ਦੇ ਵਿੱਚ ਔਰ ਇਹ ਪੀਰਨੀ ਦੀ ਇੱਕ ਤਕਰੀਬਨ ਕੁ 25 ਪੰਜਾਂ ਹਫ਼ਤਿਆਂ ਬਾਅਦ 6 ਹਫ਼ਤਿਆਂ ਬਾਅਦ ਉਹਦੇ ਨਾਲ ਇਹ ਉਹਦੀ ਮੁਲਾਕਾਤ ਸੀ ਕਿਉਂਕਿ ਜਦੋਂ ਉਧਰੋਂ ਸੁਆਗਾ ਫਿਰ ਗਿਆ ਪੀਰਨੀ ਤੇ ਖਾਵਰ ਮਨੇਕਾ ਲੋਂ ਤੇ ਜ਼ਹਰੀ ਗੱਲੇ ਉਹਨੇ ਹੁਣ ਇੱਕ ਸਾਈਡ ਤੇ ਰੱਖਣੀ ਔਰ ਹਜੇ ਵੀ ਮੈਨੂੰ ਹੈਰਾਨਗੀ ਨਹੀਂ ਪਿਆਂਦੀ ਕਿ ਇਹ ਨਾਇਬ ਵਾਲੇ ਜਿਹੜੇ ਨੇ ਇਹ ਕਿਉਂ ਪੀਰਨੀ ਨੂੰ ਗ੍ਰਫਤਾਰ ਨਹੀਂ ਪਿਆ ਕਰਦੇ ਪਤਾ ਨਹੀਂ ਇਹਦੇ ਵਿੱਚ ਵੀ ਕੋਈ ਕੋਈ ਐਸੀ ਛੁਪੀ ਗੱਲ ਹੋਏ ਮੈਂ ਕਿਸੇ ਵਕਤ ਵੀ ਪੀਰਨੀ ਜਿਹੜੀ ਉਹ ਪਲਟਾ ਖਾ ਜਾ ਕਿਉਂਕਿ ਹੈ ਤੇ ਉਹ ਵੀ ਇੱਕ ਆਵਾਰਾ ਪੰਛੀ ਨਾ ਬੈ ਜਿਹੜੀ ਆਪਣੇ ਮੁਰੇਦ ਨਾਲ ਨਸ ਸਕਦੀ ਆ ਉਹ ਆਵਾਰਾ ਪੰਛੀ ਆ ਉਹ ਕਿਸੇ ਟਾਈਮ ਆਪਣੇ ਮੁਰੇਦ ਕੋਲੋਂ ਨਸ ਕੇ ਤੇ ਵਾਪਸ ਫਿਰ ਦੂਸਰੇ ਪਾਸੇ ਵੀ ਪਲਟਾ ਖਾ ਸਕਦੀ ਇਹ ਉਹ ਝਗੜਾ ਕੀ ਹੁੰਦਾ ਝਗੜਾ ਸ਼ੁਰੂ ਹੁੰਦਾ ਪਾਰਟੀ ਦੀ ਚੇਅਰਮੈਨਸ਼ਿਪ ਤੋਂ ਕਿਉਂਕਿ ਇਹ ਜਦੋਂ ਮੁਲਾਕਾਤ ਕਰਦੀਆਂ ਦੋਵੇਂ ਮਾਈਆਂ ਇਹ ਬੁੱਢੜ ਅਬੂ ਤੇ ਚੰਮ ਜਦੋਂ ਮੁਲਾਕਾਤ ਕਰਦੇ ਨੇ ਨਿਆਜ਼ੀ ਨਾਲ ਤੇ ਉੱਥੇ ਇਹ ਗੱਲ ਹੁੰਦੀ ਏ ਅਲੀਮਾ ਕਹਿੰਦੀ ਏ ਕਿ ਮੈਂ ਪਾਰਟੀ ਨੂੰ ਸੰਭਾਲ ਲਿਆ ਔਰ ਮੈਂ ਮੀਟਿੰਗਾਂ ਵੀ ਕਰ ਰਹੀ ਆ ਤੇ ਇਹ ਕਰ ਰਹੀ ਆ ਤੇ ਉਹ ਕਰ ਰਹੀ ਆ ਤੇ ਇੰਜ ਤੇ ਆਓ ਇਹ ਕਹਿਣਾ ਉਹਨੂੰ ਕਿਉਂ ਕਿਉਂ ਕਿਹਾ ਉਹਨੇ ਨਿਆਜ਼ੀ ਨੂੰ ਇਹ ਗੱਲ ਕਿਉਂਕਿ ਉਹ ਉਹਨੂੰ ਪਾਰਟੀ ਦੀ ਚੇਅਰਮੈਨ ਬਣਨ ਵਾਸਤੇ ਤੇ ਚਾਹੀਦਾ ਹੈ ਇਲੈਕਸ਼ਨ ਪਾਰਟੀ ਦਾ ਸੈਂਟਰਲ ਵਰਕਿੰਗ ਕਮੇਟੀ ਪਹਿਲੇ ਚਾਹੀਦੀ ਔਰ ਉਸ ਤੋਂ ਬਾਅਦ ਵਰਕਿੰਗ ਕਾਉਂਸਲ ਚਾਹੀਦੀ ਏ ਉਸ ਤੋਂ ਬਾਅਦ ਉਹਦਾ ਇੰਤਖਾਬ ਹੋਣਾ ਹੈ اجلاس ਹੋਣਾ ਹੈ ਕਨਵੈਨਸ਼ਨ ਹੋਣਾ ਹੈ ਉਸ ਤੋਂ ਬਾਅਦ ਉਥੇ ਚੇਅਰਮੈਨ ਚੁਗਿਆ ਜਾਣਾ ਔਰ ਇਹਨਾਂ ਕੋਲ ਦਿਨ ਰਹਿ ਗਏ ਨੇ 2 ਹਫਤੇ ਮਤਲਬ ਇਹ ਮਹੀਨੇ ਦੇ ਆਖਰ ਤੱਕ ਰਹਿ ਗਏ ਦਿਨ ਕਿਉਂਕਿ ਕੇਸ ਵੀ ਲੱਗਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਕਿ ਇਹਨਾਂ ਹਜੇ ਤੱਕ ਆਪਣੇ ਪਾਰਟੀ ਦੀ ਜਿਹੜਾ ਉਹ ਹੁੰਦਾ ਹੈ ਖਾਤਾ ਉਹ ਜਮਾ ਨਹੀਂ ਕਰਾਇਆ ਔਰ بار-ਬਾਰ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਕਹਿ ਰਿਹਾ ਜਮ੍ਹਾਂ ਕਰਾਓ ਔਰ ਦੂਸਰਾ ਉੱਥੇ ਜਿਹੜਾ ਕੇਸ ਲੱਗਾ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਉਹ ਕਿ ਇਹਨੂੰ ਸਾਕਬ ਨਿਸਾਰ ਦੇ ਫੈਸਲੇ ਦੀ ਰੋਸ਼ਨੀ ਦੇ ਵਿੱਚ ਨਿਆਜ਼ੀ ਨੂੰ ਪਾਰਟੀ ਦੀ ਚੇਅਰਮੈਨਸ਼ਿਪ ਤੋਂ ਹਟਾਇਆ ਜਾਏ ਜਿਸ ਤਰ੍ਹਾਂ ਨਵਾਜ਼ ਸ਼ਰੀਫ ਨੂੰ ਹਟਾਇਆ ਗਿਆ ਸੀ ਇਮਰਾਨ ਖਾਨ ਦੇ ਕਹਿਣ ਤੇ ਹਾਲਾਂਕਿ ਉਹ ਕਿਧਰੇ ਲਿਖਿਆ ਨਹੀਂ ਆਏ ਨੇ ਚ ਤੇ ਜ਼ਹਿਰੀ ਗੱਲ ਹੈ ਸਾਕਬ ਨਿਸਾਰ ਪੈਸੇ ਖਾ ਕੇ ਤੇ ਨਿਆਜ਼ੀ ਕੋਲੋਂ ਪੈਸੇ ਲੈ ਕੇ ਤੇ ਇੱਕ ਮਿਸਾਲ ਸੈੱਟ ਕਰ ਗਏ ਤੇ ਜਿਹੜੀ ਮਿਸਾਲ ਨਵਾਜ਼ ਸ਼ਰੀਫ ਤੇ ਲੱਗੀ ਸੀ ਉਹੀ ਮਿਸਾਲ ਹੁਣ ਇਹਦੇ ਤੇ ਲੱਗਣੀ ਇਹ ਹੁਣ ਜਦੋਂ ਉੱਥੇ ਮੁਰਾਕਾਤ ਕਰਕੇ ਨਿਕਲਦੀਆਂ ਨੇ ਜ਼ਮਾਨ ਪਾਰਕ ਪਹੁੰਚਦੀਆਂ ਨੇ ਤੇ ਉੱਥੇ ਫਿਰ ਝਗੜਾ ਬਣ ਜਾਂਦਾ ਕਿਉਂਕਿ ਪੀਰਨੀ ਆਪਣੇ ਚੱਕਰੇ ਚ ਕਿ ਪਾਰਟੀ ਦੀ ਚੇਅਰਮੈਨ ਉਹ ਬਣੇ ਔਰ ਉਹਦਾ ਧੜਾ ਵੀ ਆ ਪਾਰਟੀ ਦੇ ਵਿੱਚ ਜਿਹੜੇ ਕੋ ਬੱਚੇ ਖੁਛੇ ਦੋ ਚਾਰ 10 ਜੀ ਰਹਿ ਗਏ ਨੇ ਉਹਦਾ ਧੜਾ ਵੀ ਆ ਅਲੀਮਾ ਜਿਹੜੀ ਹੈ ਉਹ ਆਪਣੇ ਤੌਰ ਤੇ ਮੁਥਰਕ ਉਹ ਪੈਣ ਆਉਂਦੀ ਮੇਰੇ ਮੇਰੇ ਖਾਤੇ ਚ ਆਏ ਕਿ ਸਾਰਾ ਬਿਜ਼ਨਸ ਕਾਰੋਬਾਰ ਜਿਹੜਾ ਉਹ ਉਹਦੇ ਕੋਲ ਅਮਰੀਕਾ ਦੇ ਵਿੱਚ ਜਿੰਨੀਆਂ ਇਹਨਾਂ ਦੀਆਂ ਖੁਫੀਆ ਜਦਾਦਾ ਨੇ ਉਹ ਅਲੀਮਾ ਕੋਲ ਨੇ ਬਰਤਾਨੀਆ ਵਿੱਚ ਦੁਬਈ ਵਿੱਚ ਜਿਹੜੇ ਅਮਰੀਕਾ ਵਿੱਚ ਬੈਂਕ ਅਕਾਊਂਟ ਨੇ ਦੋ ਕੈਲੀਫੋਰਨੀਆ ਵਿੱਚ ਜਿੰਨਾ ਵਿੱਚ ਅਰਬ ਹਰ ਰੁਪਈਆ ਪਿਆ ਉਹ ਉਹਦੇ ਪਿੱਛੇ ਅਲੀਮਾ ਉਸ ਤੋਂ ਬਾਅਦ ਟਰੰਪ ਟਾਵਰ ਦੇ ਵਿੱਚ ਜਿੰਨੇ ਇਹਨਾਂ ਦੇ ਫਲੈਟ ਨੇ ਉਸ ਤੋਂ ਬਾਅਦ ਹੋਰ ਖਾਤੇ ਸਾਰੇ ਨੇ ਇਹ ਉਹ ਸਾਰਾ ਤੇ ਅਲੀਮਾ ਕੋਲ ਉਹ ਆਂਦੀ ਕਿ ਮੈਨੂੰ ਦਿਓ ਇਹਨਾਂ ਦਾ ਉਹ ਝਗੜਾ ਹੁੰਦਾ ਜ਼ਮਾਨ ਪਾਰਕ 'ਚ ਤੇ ਗਾਲਮ ਗਲੋਛ ਤੱਕ ਵੀ ਗੱਲ ਗਈ ਏ ਤਾਣਿਆਂ ਮਿਹਣਿਆਂ ਤੱਕ ਵੀ ਗੱਲ ਗਈ ਏ ਮਤਲਬ ਪੀਰਨੀ ਨੂੰ ਉਹਨੇ ਫਿਰ ਤਾਣਾ ਤਾਣਾ ਦੇ ਦਿੱਤਾ ਖਾਵਰ ਮਨੇਕਾ ਦਾ ਔਰ ਫਿਰ ਪੀਰਨੀ ਨੇ ਉਹਨੂੰ ਤਾਣੇ ਦੇ ਦਿੱਤਾ ਬਈ ਤੂੰ ਮੁੰਡੇ ਰੱਖੇ ਨੇ ਔਰ ਤੂੰ ਸ਼ਰਾਬ ਪੀਂਦੀ ਏ ਔਰ ਤੂੰ ਬਦਕਾਰ ਏ ਗਲਤ ਏ ਤੂੰ ਮਤਲਬ ਅਜੀਬ ਕਿਸਮ ਦੀ ਔਰਤ ਏ ਔਰ ਤੁਸਾਂ ਹੀ ਇਹਨੂੰ ਫਸਾਇਆ ਨਿਆਜ਼ੀ ਨੂੰ ਕਰਪਸ਼ਨ ਲੋਠ ਲੋਠ ਕੇ ਇਹ ਕਰਕੇ ਉਹ ਉਹਨੂੰ ਕਹੀ ਜਾਏ ਬਈ ਤੇਰੀ ਵਜ੍ਹਾ ਤੋਂ ਅੰਦਰ ਏ ਉਹ ਉਹਨੂੰ ਕਹੀ ਜਾਏ ਤੇਰੀ ਵਜ੍ਹਾ ਤੋਂ ਅੰਦਰ ਏ ਮਾਈਆਂ ਦੋਵੇਂ ਹੀ ਖਰਾਬ ਨੇ ਅਗਰ ਮੇਰੇ ਕੋਲੋਂ ਕੋ ਪੁੱਛੇ ਨਾ ਮਾਈਆਂ ਦੋਵੇਂ ਚੁੱਗੀਆਂ ਨੇ ਤੇ ਦੋਵੇਂ ਹੀ ਖਰਾਬ ਨੇ ਦੋਵੇਂ ਹੀ ਮਹਾ ਕਰਪਟ ਮਾਈਆਂ ਨੇ ਇਹ ਅਲੀਮਾ ਵੀ ਔਰ ਪੀਰਨੀ ਵੀ ਠੀਕ ਨਾ ਅਗਰ ਇਹਨਾਂ ਦਾ ਕਿਤੇ ਮੁਆذਨਾ ਕੀਤਾ ਜਾਏ ਤੇ ਬਰਾਬਰੋ ਬਰਾਬਰ ਨਿਕਲਣਦੀਆਂ ਕੋਈ ਘਟ ਵੱਧ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ ਤੇ ਇਹ ਹੁਣ ਇਹਨਾਂ ਦੇ ਵਿੱਚ ਝਗੜਾ ਹੋਇਆ ਹੁਣ ਵੇਖੋ ਦੋ ਹਫ਼ਤੇ ਰਹਿ ਗਏ ਨੇ ਇਹਨਾਂ ਦੇ ਵਿੱਚ ਇਹਦੀ ਉੱਡ ਜਾਣੀ ਇਹ ਪਾਰਟੀ ਦੀ ਚੇਅਰਮੈਨਸ਼ਿਪ ਤੇ ਇਹਨਾਂ ਦੋਹਾਂ ਦੇ ਵਿੱਚੋਂ ਹੁਣ ਕੌਣ ਇੱਕ ਦੂਜੇ ਦੇ ਵਾਰ ਪੁੱਟ ਕੇ ਤੇ ਇੱਕ ਦੂਜੇ ਦੀ ਗੁੱਤ ਜਿਹੜੀ ਹੈ ਉਹ ਮਦੋਲ ਕੇ ਤੇ ਇਹ ਪਾਰਟੀ ਦਾ ਚੇਅਰਮੈਨ ਬਣਦੀ ਹੈ ਇਹ ਹੁਣ ਅਗਲੇ ਦੋ ਦੋ ਹਫ਼ਤਿਆਂ ਦੇ ਵਿੱਚ ਇਹ ਇਹ ਪਤਾ لازਮੀ ਸਾਨੂੰ ਵੀ ਲੱਗ ਜਾਏਗਾ ਔਰ ਤੁਹਾਨੂੰ ਵੀ ਲੱਗ ਜਾਏਗਾ ਕਿ ਕਿਸ ਪਾਸੇ ਗੱਲ ਬੈਂਦੀ ਔਰ ਅਗਰ ਪੀਰਨੀ ਚੇਅਰਮੈਨ ਨਾ ਬਣ ਸਕੀ ਤਾਂ ਉਸ ਤੋਂ ਬਾਅਦ ਪੀਰਨੀ ਦੀ ਪ੍ਰੈਸ ਕਾਨਫਰੰਸ ਵੀ ਤੁਸੀਂ ਦੀਵਾਰ ਦੇ ਉੱਤੇ ਲਿਖੀ ਸਮਝੋ ਉਹਨੇ ਵੀ ਫਿਰ بڑے ਲੰਗਾਰੇ ਲਾਣੇ ਨੇ ਠੀਕ ਹੋ ਗਿਆ ਅਗਲੀ ਖਬਰ ਤੇ ਆਜੋ ਜੀ ਫਾਈਨਲ ਆਪਰੇਸ਼ਨ 190 ਮਿਲੀਅਨ ਪਾਉਂਡ ਮਲਕ ਰਿਆਦ ਸਾਹਿਬ ਮਿੱਠੇ ਸਾਡੇ ਆ ਗਏ ਨੇ ਉਹਦੇ ਵਿੱਚ ਮੈਦਾਨ ਦੇ ਵਿੱਚ ਆ ਗਏ ਨੇ ਇੰਟਰਵਿਊ ਦੇ ਬਾਰੇ ਵੀ ਤੁਹਾਨੂੰ ਅਸੀਂ ਕੁਝ ਦੱਸਿਆ ਕਿ ਇੰਟਰਵਿਊ ਰਿਕਾਰਡ ਹੋ ਗਏ ਆ ਔਰ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ ਉਹ ਕਿੱਥੇ-ਕਿੱਥੇ ਪਹੁੰਚਦੀਆਂ ਹੁਣ 190 ਮਿਲੀਅਨ ਪਾਉਂਡ ਜਿਹੜਾ ਇਹ ਅਲਕਾਦਰ ਰੋਹਾਨੀ ਯੂਨੀਵਰਸਿਟੀ ਜਿਹੜੀ ਹੈ ਇਹ ਉਹੀ ਰੋਹਾਨੀ ਯੂਨੀਵਰਸਿਟੀ ਹੈ ਜਿਹੜੀ ਇਹ ਖਬਰ ਮਨੇਕਾ ਦੇ ਬਿਸਤਰੇ ਦੇ ਉੱਤੇ ਨਿਆਜ਼ੀ ਔਰ ਪੀਰਨੀ ਰੋਹਾਨੀਅਤ ਦਾ ਦਰਸ ਇੱਕ ਦੂਜੇ ਨੂੰ ਦਿੰਦੇ ਸੀ ਇਹ ਉਸ ਤਰ੍ਹਾਂ ਦੀ ਯੂਨੀਵਰਸਿਟੀ ਹੈ ਔਰ ਇਹਦੇ ਵਿੱਚ ਜਿਹੜੇ ਤਰੇ ਤਲਾਬੀਲਮ ਪਰਦੇ ਨੇ ਉਹ ਵੀ ਇਹੋ ਕੰਮ ਹੀ ਕਰਦੇ ਨੇ ਗੋਗੀ ਪੀਰਨੀ ਔਰ ਨਿਆਜ਼ੀ ਇਸ ਤੁਸੀਂ ਜਰਾ ਰੋਹਾਨੀ ਯੂਨੀਵਰਸਿਟੀ ਦੇ ਸਟੂਡੈਂਟ ਚੈੱਕ ਕਰੋ ਬਈ ਪੀਰਨੀ ਗੋਗੀ ਔਰ ਨਿਆਜ਼ੀ ਇਹ ਉਸ ਯੂਨੀਵਰਸਿਟੀ ਦੇ ਸਟੂਡੈਂਟ ਵੀ ਨਹੀਂ ਤੇ ਮਾਲਕ ਵੀ ਨਹੀਂ ਔਰ ਇੱਕ ਦੂਜੇ ਦੇ ਬਿਸਤਰਿਆਂ ਦੇ ਉੱਤੇ ਰਜਾਈਆਂ ਚ ਵੜ ਕੇ ਤੇ ਇਹ ਇਹ ਰੋਹਾਨੀ ਤਾਲੀਮਾਤ ਇੱਕ ਦੂਜੇ ਨੂੰ ਦਿੰਦੇ ਫੜੇ ਗਏ ਅੱਗੇ ਅੱਗੇ ਅੱਛਾ ਇਹ ਹੋਣ ਸਰਕਾਰਾਂ ਮਲਕ ਸਾਹਿਬ ਆਗੇ ਮੈਦਾਨ ਦੇ ਵਿੱਚ ਔਰ ਤੇ ਮਲਕ ਸਾਹਿਬ ਨੇ ਆ ਕੇ ਉਹਨ ਫਾਈਨਲ ਆਪਰੇਸ਼ਨ ਜਿਹੜਾ 190 ਮਿਲੀਅਨ ਪਾਉਂਡ ਦਾ ਕਰਨਾ ਹੈ ਅਦਾਲਤ ਦੇ ਵਿੱਚ ਗਵਾਹੀ ਵੀ ਦੇਣੀ ਔਰ ਸਾਰਾ ਰਿਕਾਰਡ ਵੀ ਵਹਣ ਕਿ ਮੈਂ ਕਿ ਮਾਸੂਮ ਮੇਰਾ ਠੀਕ ਹੈ ਉੱਥੇ ਪੈਸੇ ਫੜੇਗੇ ਬਰਤਾਨੀਆ ਚ ਲੇਕਿਨ ਇਨ ਆਗੋ ਉਹਦੇ ਟੋਟੇ ਕੀਤੇ ਮੇਰੇ ਕੋਲ ਰਿਸ਼ਵਤ ਲਈ ਜ਼ਮੀਨਾਂ ਲਈ ਪਲਾਜ਼ੇ ਲਈ ਫਲੈਟ ਲਈ ਪਤਾ ਨਹੀਂ ਕੀ ਕੀ ਲਿਆ ਤੇ ਮੈਂ ਕੀ ਕਰਦਾ ਇੱਥੇ ਮੈਨੂੰ ਧਮਕੀ ਦੇ ਕੇ ਤੇ ਇਨਾਂ ਮੇਰੇ ਕੋਲ ਇਹ ਸਾਰਾ ਕੁਝ ਲਿਆ ਮੇਰੇ ਤੋਂ ਤੁਸੀਂ ਆਹ ਹਕੂਮਤ ਤੇ ਪਾਕਿਸਤਾਨ 190 ਬਿਲੀਅਨ ਪਾਉਂਡ ਲੈ ਲਓ ਮੈਨੂੰ ਕੀ ਮਤਲਬ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਮਸੂਮ ਹਾਂ ਇਹਨੇ ਹੀ ਖਾਤਾ ਸਾਰਾ ਖਰਾਬ ਕੀਤਾ ਮੈਨੂੰ ਤੇ ਨਾ ਪੁੱਛਿਆ ਵੀ ਨਹੀਂ ਤੇ ਇਹਨਾਂ ਵਾਉਂਡਰਫੁਲ ਲੈਣ ਸਾਰੇ ਤੇ ਜ਼ਮੀਨਾਂ ਲੈ ਲਈਆਂ ਕਿਸੇ ਪੈਸੇ ਲੈ ਲਏ ਕਿਸੇ ਗੱਡੀਆਂ ਲੈ ਲਈਆਂ ਕਿਸੇ ਪਲਾਜ਼ੇ ਲੈ ਲਿਆ ਕਿਸੇ ਮਕਾਨਾਂਤ ਲੈ ਲਿਆ ਕਿਸੇ ਫਲੈਟ ਲੈ ਲਿਆ ਤੇ ਇਹ ਰੋਹਾਨੀ ਯੂਨੀਵਰਸਿਟੀ ਲੈ ਲਈ ਜਿਹਦੇ 300 ਸਟੂਡੈਂਟ ਨੇ ਪੀਰਨਿੰਗ ਹੋ ਗਈ ਔਰ ਨਿਆਜ਼ੀ ਤੇ ਇਹ ਹੁਣ ਫਾਈਨਲ ਆਪਰੇਸ਼ਨ ਇਹ ਵੀ ਹੋਣਾ ਹੈ ਅਗਲੇ ਚੰਦ ਦਿਨਾਂ ਦੇ ਵਿੱਚ ਤੁਹਾਨੂੰ ਇਹ ਜਿਹੜਾ ਅਲਕਾਦਰ ਟਰਸਟ ਕੇਸ ਇਹਦੇ ਵਿੱਚ ਵੀ ਬڑے ਖੜਾਕ ਔਰ ਗਵਾਹਾਂ ਜਿਹੜੀਆਂ ਨੇ ਇਹ ਤੁਹਾਨੂੰ ਨਜ਼ਰ ਆਣ ਗਿਆ ਕਿਉਂਕਿ ਬੜੀ ਤੇਜ਼ੀ ਦੇ ਨਾਲ ਇਹਦੀ ਤਫ਼ਤੀਸ਼ ਜਿਹੜੀ ਹੈ ਉਹ ਜਾਰੀ ਹੈ ਅੜਿਆਲਾ ਜੇਲ੍ਹ ਦੇ ਵਿੱਚ ਨਿਆਜ਼ੀ ਕੋਲ ਤੇ ਇਹ ਮਲਕ ਸਾਹਿਬ ਦੇ ਆਣ ਨਾਲ ਇਹ ਖਾਤਾ ਜਿਹੜਾ ਨਾ ਅਗਾ ਸਾਫ਼ ਹੁੰਦਾ ਸਾਨੂੰ ਨਜ਼ਰ ਆਂਦਾ ਹੈ ਅੱਗੇ ਸਰਕਾਰ ਤੁਸੀਂ ਆਜੋ ਅਮਰੀਕਾ ਤੋਂ ਵਟਸਐਪ ਮੈਸੇਜ ਤੇ ਨਿਆਜ਼ੀ ਵੜ ਗਿਆ ਜੇ ਸਾਈਫਰ ਕੇਸ ਅਮਰੀਕੀ ਖਤ ਇਹ ਗਲੇ ਪੈ ਗਏ ਆ ਔਰ ਇਹ ਕਿਸੇ ਪਾਸੇ ਨਾ ਜਾਂਦਾ ਪਿਆ ਤੇ ਨਾ ਆਂਦਾ ਪਿਆ ਬੜੀ ਤਗਦੋ ਕੀਤੀ ਨਿਆਜ਼ੀ ਨੇ ਕਿ ਕੇਸ ਰਕਵਾ ਦਿੱਤਾ ਜਾਏ ਕੇਸ ਕਲਦਮ ਕਰਾ ਦਿੱਤਾ ਜਾਏ ਔਰ ਵਿੱਚੋਂ ਕਿਸੇ ਤਰੀਕੇ ਇਹਦੇ ਉੱਧ ਨਿਕਲੀਏ ਕਿਉਂਕਿ ਜਿਹੜੀਆਂ ਦਫਾਤ ਇਹਦੇ ਤੇ ਲੱਗੀਆਂ ਨੇ ਉਹ ਸਿੱਧੀ ਸਿੱਧੀ ਸਜ਼ਾਏ ਮੌਤ ਔਰ ਉਮਰ ਕਾਇਦ ਹੈ ਉਸ ਤੋਂ ਥੱਲੇ ਇਹਦੇ ਸਜ਼ਾਈ ਕੋ ਨਹੀਂ ਪਰ ਓਸਲਾਮਾਬਾਦ ਹਾਈ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਭੇੜ ਕੇ ਤੇ ਜਿਹੜਾ ਅਧਾ ਪਚਦਾ ਟ੍ਰਾਇਲ ਹੋਇਆ ਸੀ ਸਾਈਫਰ ਕੇਸ ਦਾ ਉਹ ਵੀ ਜਿਹੜਾ ਉਹ ਕਦਮ ਹੋ ਗਿਆ ਤਾਂ ਹੁਣ ਨਵੇਂ ਸਿਰੇ ਤੋਂ ਅੱਜ ਹੀ ਇਹ ਸੁਣਨ ਆ ਚਾਰਿਆ ਕਿ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਇਹ ਦੁਬਾਰਾ ਤੋਂ ਇੱਕ ਕੇਸ ਜਿਹੜਾ ਇਹ ਸਟਾਰਟ ਹੋਏਗਾ ਤੇ ਉੱਥੇ ਗਵਾਈਆਂ ਆਣਗੀਆਂ ਔਰ ਸਾਰੇ ਸਾਥ ਤਬ ਫਰਦੇ ਜੁਰਮ ਲੱਗੇਗੀ ਔਰ ਸਾਰੇ ਸਾਥ ਤਬ ਦੁਬਾਰਾ ਹੋਣਗੇ ਹੁਣ ਇਹਦੇ ਵਿੱਚ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਪਿਆ ਜਿਹੜਾ ਜਿਹੜਾ ਖਾਤਾ ਸਾਹਮਣੇ ਆਇਆ ਕਿ ਅਮਰੀਕਾ ਤੋਂ ਵਟਸਐਪ ਮੈਸੇਜ ਤੇ ਨਿਆਜ਼ੀ ਵੜ ਗਿਆ ਇਹ ਜਿਸ ਦਿਨ ਇਹਨੇ ਉਹ ਸ਼ਾ ਮਮੂਦ ਕੁਰੀਸ਼ੀ ਔਰ ਇਹਨਾਂ ਦੁਆ ਚੋਰੀ ਕਰਕੇ ਉਹ ਜਿਹੜਾ ਹਸਾਸ ਔਰ ਖੁਫੀਆ ریاਸਤੀ ਡਾਕੂਮੈਂਟ ਸੀ ਆਪਣੀ ਗੰਦੀ ਸਿਆਸਤ ਆਸਤੇ ਉਹਨੂੰ ਇਸਤੇਮਾਲ ਕੀਤਾ ਜਲਸੇ ਦੇ ਵਿੱਚ اسلامਾਬਾਦ ਦੀ ਜਿਹੜੀ ਉਹ ਡੀ ਗਰਾਉਂਡ ਸੀ ਕਿ ਪਤਾ ਨਹੀਂ ਕਿਹੜੀ ਗਰਾਉਂਡ ਸੀ ਪਤਾ ਨਹੀਂ ਕਿਹੜਾ ਪਾਰਕ ਸੀ ਉਹਦੇ ਵਿੱਚ ਉਸ ਤੋਂ ਪਹਿਲੇ ਜਿਹੜੀਆਂ ਉਹ ਉਹਨਾਂ ਦੀਆਂ ਆਡੀਓ ਆਈਆਂ ਕਿ ਮੇਰੇ ਜਿਹੜੇ ਮੰਨਣ ਵਾਲੇ ਨੇ ਉਹ ਚੌਂ ਲੱਤਾਂ ਵਾਲੇ ਨੇ ਤੇ ਮੈਂ ਉਹਨਾਂ ਨੂੰ ਅਮਰੀਕਾ ਦੇ ਖਿਲਾਫ ਜੇ ਤੋ ਪੜਕਾਵਾਂਗਾ ਤੇ ਉਹ ਫੌਜ ਦੇ ਖਿਲਾਫ ਔਰ ਅਮਰੀਕਾ ਦੇ ਖਿਲਾਫ ਆਉਣਗੇ ਔਰ ਅਸੀਂ ਜਨਾਬ ਇਹ 9 ਮਈ ਤਰਥਲੀ ਪਾਵਾਂਗੇ ਤੇ ਤੁਸੀਂ ਵਾਪਸ ਆ ਜਾਗੇ ਔਰ ਇਹ ਫੌਜ ਡਰ ਜਾਏਗੀ ਔਰ ਹਕੂਮਤ ਡਰ ਜਾਏਗੀ ਔਰ ਇਹ ਹੋ ਜਾਏਗਾ ਉਹ ਹੋ ਜਾਏਗਾ ਤੇ ਅਸੀਂ ਇਹਨਾਂ ਕੋਲ ਪੜਕਾ ਦੇਾਂਗੇ ਔਰ ਖਾਨਾ ਜੰਗੀ ਵਾਲੇ ਪਾਸ ਲੈ ਜਾਗੇ ਇਹ ਉਹ ਅਮਰੀਕਾ ਤੋਂ ਵਟਸਐਪ ਵਾਲੀ ਜਿਹੜੀ ਕਹਾਣੀ ਹੈ ਜਿਹੜਾ ਖਾਤਾ ਹੈ ਜਿਹੜਾ ਸਬੂਤ ਹੈ ਇਹ ਜਿਸ ਦਿਨ ਉਹ ਖੁਫੀਆ ਦਸਤਾਵੇਜ਼ ਆਵਾਮ ਦੇ ਸਾਹਮਣੇ ਲਹਿਰਾਈ ਔਰ ਉੱਥੇ ਅਮਰੀਕਾ ਜੈਸਾ ਜਿਹੜਾ ਮੁਲਕ ਹੈ ਪਾਕਿਸਤਾਨ ਦਾ ਇਤਿਹਾਦੀ ਟਾਈਪ ਵੀ ਕਹਿ ਲਓ ਹਮੇਸ਼ਾ ਤੋਂ ਹੀ ਅਮਰੀਕਾ ਔਰ ਪਾਕਿਸਤਾਨ ਦੇ ਤਲਕਾਤ ਇਠਾਂ ਉਤਾਂ ਹੁੰਦੇ ਰਹੇ ਨੇ ਉਹਨੂੰ ਜਦੋਂ ਉਹਨੇ ਇਲਜ਼ਾਮ ਲਾਇਆ ਨਾ ਕਿ ਅਮਰੀਕੀ ਸਾਜ਼ਿਸ਼ ਹੈ ਤੇ ਅਮਰੀਕਾ ਮੈਨੂੰ ਹਟਾ ਰਿਹਾ ਹੈ ਅਮਰੀਕਾ ਨੇ ਮੈਨੂੰ ਹਟਾਇਆ ਹੈ ਉਸ ਤੋਂ ਅਗਲੇ ਦਿਨ ਫਿਰ ਅਮਰੀਕਾ ਦੀ ਐਮਬੈਸੀ ਦੇ ਵਿੱਚੋਂ ਵਟਸਐਪ ਮੈਸੇਜ ਜਾਂਦਾ ਹੈ ਸੈਕਟਰੀ ਖਰਜਾਂ ਨੂੰ ਸੈਕਟਰੀ ਖਰਜਾਂ ਨੂੰ ਜਾਂਦਾ ਕਿ ਸਰਕਾਰ ਇਹ ਤੁਹਾਡਾ ਬੰਦਾ ਅਮਰੀਕੀ ਅਮਰੀਕਾ ਦੇ ਉੱਤੇ ਇਲਜ਼ਾਮ ਲਾ ਰਿਹਾ ਔਰ ਤੁਹਾਡਾ ਜਿਹੜਾ ਇਹ ਅਫੀਸ਼ੀਅਲ ਸੀਕ੍ਰੀਟ ਡਾਕੂਮੈਂਟ ਉਹਨੂੰ ਆਵਾਮ ਦੇ ਸਾਹਮਣੇ ਆਪਣੀ ਗੰਦੀ ਸਿਆਸਤ ਆਸਤੇ ਲਹਿਰਾ ਰਿਹਾ ਤੇ ਅਮਰੀਕਾ ਦੇ ਨਾਲ ਪਾਕਿਸਤਾਨ ਦੇ ਤਲਕਾਦ ਬਦਨਾਮ ਕਰ ਰਿਹਾ ਔਰ ਉਸ ਤੋਂ ਬਾਅਦ ਪੂਰੀ ਦੁਨੀਆ ਜਿਹੜੀ ਉਹ ਹਲਕ ਰਹਿ ਗਈ ਕਿ ਇਹ ਬੰਦਾ ਜਿਹੜਾ ਇਹਨੇ ਨਸ਼ਾ ਕੀਤਾ ਹੈ ਜਾਂ ਇਹ پاگل ਹੋ ਚੁੱਕਿਆ ਹੈ ਜਾਂ ਕੀ ਇਹਨੂੰ ਕਿੰਨੇ ਵਜ਼ੀਰ ਆਜ਼ਮ ਬਣਾਇਆ ਤੇ ਇਹ ਜਿਹੜਾ ਮੈਸੇਜ ਇਹ ਵੀ ਰਿਕਾਰਡ ਦਾ ਹਿੱਸਾ ਬਣ ਚੁੱਕਿਆ ਔਰ ਉਹਨਾਂ ਜਗ੍ਹਾ ਤੇ ਪਹੁੰਚ ਚੁੱਕਿਆ ਹੈ ਜਿੱਥੇ ਪਹੁੰਚਣਾ ਹੁਣ ਇਹ ਜਿਹੜਾ ਕੇਸ ਦੁਬਾਰਾ ਸ਼ੁਰੂ ਹੋਣਾ ਗਵਾਹੀਆਂ ਪੈਣੀਆਂ ਫਰਦੇ ਜੁਰਮ ਲਗਣੀਆਂ ਉਹਦੇ ਵਿੱਚ ਇਹ ਜਿਹੜਾ ਵਟਸਐਪ ਮੈਸੇਜ ਇਹ ਵੀ ਰਿਕਾਰਡ ਦਾ ਹਿੱਸਾ ਹੋਏਗਾ ਔਰ ਸੈਕਟਰੀ ਖਰਚਾ ਉਸ ਵਕਤ ਦਾ ਜਦੋਂ ਆਪਣਾ ਆਪਣੀ ਗਵਾਹੀ ਰਿਕਾਰਡ ਕਰਾਏਗਾ ਤੇ ਇਹ ਮੈਸੇਜ ਜਿਹੜਾ ਰਿਆਸਤ ਹਾਈ ਅਮਰੀਕਾ ਦਾ ਇਹ ਵੀ ਉਸ ਰਿਕਾਰਡ ਦਾ ਹਿੱਸਾ ਬਣਾਇਆ ਜਾਏਗਾ ਤੇ ਇਸ ਵਾਸਤੇ ਇਹ 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 ਜਿਹੜਾ ਸਾਈਫਰ ਕੇਸ ਇਹ ਦੁਬਾਰਾ ਤੋਂ ਹੁਣ ਸ਼ੁਰੂ ਹੋਣਾ ਹੈ ਅੱਜ ਤੋਂ ਔਰ ਇਹਦੇ ਵਿੱਚ ਉਮਰ ਕੈਦ ਜਾਂ ਸਜ਼ਾਏ ਮੌਤ ਤੋਂ ਥੱਲੇ ਕੋਈ ਸਜ਼ਾ ਜਿਹੜੀ ਹੈ ਉਹ ਨਹੀਂ ਹੋਣੀ ਤੇ ਜਿਹੜੇ ਵੀ ਯੁੱਥੀਏ ਤੁਹਾਡੇ ਸਾਹਮਣੇ ਪ੍ਰੋਪਾਗੈਂਡਾ ਕਰ ਰਹੇ ਨੇ ਉਹ ਬਿਲਕੁਲ ਝੂਠ ਬੋਲਦੇ ਜਿਹਾ ਇਹੀ ਗੱਲ ਹੈ ਤੇ ਉਹੀ ਬਾਤ ਤੇ 26 27 28 ਗਵਾਹਿਆਂ ਨੇ ਜਿਹੜੀਆਂ ਪੈਣੀਆਂ ਨੇ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਗਵਾਹ ਹੈ ਉਹ ਆਜ਼ਮ ਖਾਨ ਜਿਹੜਾ ਦਾ ਪ੍ਰਿੰਸੀਪਲ ਫੈਕਟਰੀ ਸੀ ਤੇ ਇਸ ਸਾਰਾ ਖਾਤਾ ਹੁਣ ਸਾਨੂੰ ਨਜ਼ਰ ਆ ਰਿਹਾ ਹੈ ਕਿ ਇਹ ਹੁਣ 31 ਦਸੰਬਰ ਤੱਕ ਤੇ ਮੁਕਤਾ ਨਹੀਂ ਕਿਉਂਕਿ ਵਕਤ ਕਾਫੀ ਜ਼ਾਇਆ ਹੋ ਗਿਆ ਤੇ ਹੋ ਸਕਦਾ ਹੈ ਜਨਵਰੀ ਦੇ ਮਿਡ ਤੱਕ ਇਹਨੂੰ ਵਿੱਚ ਸਾਰੇ ਮੌਤਿਆ ਉਮਰ ਕਾਇਦ ਹੋ ਜਾਵੇ ਅਗਲੀ ਖਬਰ ਤੇ ਆਜੋ ਵੱਡੇ ਗੈਂਡੇ ਦਾ ਅਸਤੀਫਾ ਤੇ ਵੱਡੇ ਜਰਨਲ ਦਾ ਇਖਤਸਾਬ ਸੁਪਰੀਮ ਜੁਡੀਸ਼ੀਅਲ ਕਾਉਂਸਲ ਸ਼ੋਕਾਜ਼ ਨੋਟਿਸ 4 1 ਦਾ ਫੈਸਲਾ ਇਹ ਤੁਹਾਨੂੰ ਪਤਾ ਹੈ ਕਿ ਮੁਜ਼ਾਹਿਰ ਨਕਵੀ ਜਿਹੜਾ ਉਹਦੇ ਖਿਲਾਫ ਸੁਪਰੀਮ ਜੁਡੀਸ਼ੀਅਲ ਜੁਡੀਸ਼ੀਅਲ ਕਾਉਂਸਲ ਦੇ ਵਿੱਚ ਖਰਬਹਾਰ ਰੁਪਈਆ ਦੀ ਕਰਪਸ਼ਨ ਦਾ ਜਿਹੜਾ ਉਹ ਕੇਸ ਚੱਲਦਾ ਪਿਆ ਜਿਹੜਾ ਰੈਫਰੈਂਸ ਚੱਲਦਾ ਪਿਆ ਉਹਦੇ ਵਿੱਚ ਅੱਜ ਫੇਰ ਦੁਬਾਰਾ ਮੁਜ਼ਾਹਿਰ ਨਕਵੀ ਨੂੰ ਜਿਹੜੇ ਪੰਜ ਜੱਜ ਸੀ ਵੱਡੇ 4 1 ਦੇ ਫੈਸਲੇ ਤੋਂ ਦੁਬਾਰਾ ਉਹਨੂੰ ਨੋਟਿਸ ਜਿਹੜਾ ਨੇ ਉਹ ਜਾਰੀ ਕਰ ਦਿੱਤੇ ਗਏ ਔਰ 14ਵਾਂ ਦਿਨ ਦੇ ਵਿੱਚ ਉਹਨੂੰ ਕਿਹਾ ਗਿਆ ਕਿ ਤੂੰ ਇਹ ਜਿਹੜੇ ਨੋਟਿਸ ਨੇ ਇਹਦਾ ਜਵਾਬ ਆ ਕੇ ਦੇਣਾ ਤੇ ਉਹਨੇ ਜਵਾਬ ਕਿੱਥੋਂ ਦੇਣਾ ਕ੍ਰਪਸ਼ਨ ਦੇ ਵਿੱਚ ਸਿਰ ਤੋਂ ਲਾ ਕੇ ਪੈਰਾਂ ਤੱਕ ਡੁੱਬਿਆ ਤੇ ਜਵਾਬ ਉਸ ਕਿੱਥੋਂ ਦੇਣਾ ਮਿੱਠਾ ਜੀ ਤੇ ਇਸ ਵਾਸਤੇ ਅਸੀਂ ਕਹਿ ਰਹੇ ਹਾਂ ਕਿ ਵੱਡਾ ਗੈਂਡਾ ਜਿਹੜਾ ਉਹਦਾ ਅਸਤੀਫਾ ਦੀਵਾਰ ਦੇ ਉੱਤੇ ਲਿਖਿਆ ਜਾ ਚੁੱਕਿਆ ਅਗਰ ਉਹ ਇੱਕ ਕੇਸ ਲੜੇਗਾ ਆ ਕੇ ਤੇ ਸਹੀ ਗੱਲ ਹੈ ਫਿਰ ਸਜ਼ਾ ਵੀ ਹੋਏਗੀ ਤੇ ਪੈਨਸ਼ਨ ਵੀ ਖਤਮ ਹੋਏਗੀ ਤੇ ਪਤਾ ਨਹੀਂ ਕੀ ਕੀ ਖਤਮ ਹੋਏਗਾ ਇਹਨਾਂ ਦੇ ਵੀ ਅਜੀਬ ਸਬਬ ਨੇ ਇਹ ਜੱਜਾਂ ਦੇ ਬਗਰਫਤਾਰ ਨਹੀਂ ਕਰਨਾ ਤੇ ਅਸਤੀਫਾ ਦਿਓ ਤੇ ਨਸ ਚੋ ਇਹ ਅਜੀਬ ਇਹ ਇਨਸਾਫ ਹੈ ਇਨਸਾਫ ਦੇ ਵਿੱਚ ਬੇਇਨਸਾਫੀ ਹੈ ਤੇ ਬਰਾਹਰ ਇਹ ਇਹ ਦਾ ਅਸਤੀਫਾ ਜਿਹੜਾ ਇਹ ਦੀਵਾਰ ਦੇ ਉੱਤੇ ਲਿਖਿਆ ਸਾਨੂੰ ਨਜ਼ਰ ਆਉਂਦਾ ਤੇ ਅਸੀਂ ਇੱਥੇ ਮੀਆਂ ਦਾਊਦ ਐਡਵੋਕੇਟ ਸਾਹਿਬ ਸਲਾਮ ਪੇਸ਼ ਕਰਨਾ ਚਾਹਨੇ ਕਿ ਜਿਨ੍ਹਾਂ ਨੇ ਬੜੀ ਦਿਲ ਜਮੀ ਦੇ ਨਾਲ ਬਹਾਦਰੀ ਦੇ ਨਾਲ ਇਹ ਕੇਸ ਲੜਿਆ ਔਰ ਇਹਨੂੰ ਬੇਨਕਾਬ ਕੀਤਾ ਮੁਜ਼ਾਹਰ ਨਕਵੀ ਨੂੰ ਔਰ ਅੱਜ ਇਹਦੇ ਅਸਤੀਫੇ ਤੱਕ ਗੱਲ ਜਿਹੜੀ ਇਹ ਪਹੁੰਚ ਗਈ ਹੈ ਔਰ ਇਹ ਬਚਦਾ ਸਾਨੂੰ ਨਜ਼ਰ ਨਹੀਂ ਆਉਂਦਾ ਅੱਗੇ ਆਜੋ ਜੀ ਵੱਡੇ ਜਰਨੈਲ ਦਾ ਇਹਤਸਾਬ ਵੱਡਾ ਜਰਨੈਲ ਜਨਾਬ ਟਾਪ ਸਿਟੀ ਕੇਸ ਮਿੱਠਾ ਸਾਡਾ ਫੈਜ਼ ਅਮੀਦ ਕੋਈ ਵੀ ਕੰਮ ਜਿਹੜਾ ਇਹ ਫੈਜ਼ ਅਮੀਦ ਦਾ ਚੰਗਾ ਨਹੀਂ ਸੀ ਪਾਕਿਸਤਾਨ ਆਸਤੇ ਔਰ ਪਾਕਿਸਤਾਨ ਦੀ ਆਵਾਮ ਆਸਤੇ ਔਰ ਜਿਸ ਤਰ੍ਹਾਂ ਇਸ ਪਾਕਿਸਤਾਨ ਦੀ ਸਿਆਸਤ ਨੂੰ ਗੰਦਿਆਂ ਕੀਤਾ ਜਿਸ ਤਰ੍ਹਾਂ ਇਸ ਡੰਡੇ ਦੇ ਜ਼ੋਰ ਤੇ ਇੱਕ ਸਿਆਸੀ ਪਾਰਟੀ ਬਣਾਈ ਔਰ ਨਾਲ ਕੋਈ ਮਸਬੀ ਜਨੂਨੀ ਗਰੁੱਪ ਬਣਾਏ ਔਰ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਕੀਤੇ ਮੈਂ ਸਮੀਨਾ ਬੇ ਇਹਦੀ ਸਜ਼ਾ ਜਿਹੜੀ ਇਹ ਵੀ ਉਹੀ ਹੋਣੀ ਚਾਹੀਦੀ ਹੈ ਜਿਹੜੀ ਸਾਈਫਰ ਦੇ ਕੇਸ ਦੇ ਵਿੱਚ ਦੋ ਵੱਡੀਆਂ ਸਜ਼ਾਵਾਂ ਨੇ ਤੇ ਇਹ ਹੁਣ ਬੜੇ ਅਜੀਬ ਰਿਵਾਜ ਨੇ ਕਿ ਸਜ਼ਾ ਕਿਨੂੰ ਕਿਵੇਂ ਦੇਣੀ ਹੈ ਇਹ ਵੀ ਬੜੇ ਮਾਮਲਾਤ ਨੇ ਪਾਕਿਸਤਾਨ ਦੇ ਵਿੱਚ ਫਸਦਾ ਉਥੇ ਆਮ ਆਦਮੀ ਖਾਸ ਜਿਹੜੇ ਨਹੀਂ ਉਹ ਬਾਚੀ ਜਾਂਦੇ ਨੇ ਉਹਨਾਂ ਦੀਆਂ ਸਜ਼ਾਵਾਂ ਵੀ ਅਜੀਬ ਕਿਸਮ ਦੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਕੇਸ ਵੀ ਅਜੀਬ ਕਿਸਮ ਦੇ ਹੁੰਦੇ ਪਤਾ ਵੀ ਉਹ ਖਰਾਬ ਉਹਨੂੰ ਫਿਰ ਸਜ਼ਾ ਵੀ عجیب رواج ਨਾਲ ਮਿਲਦੀ ਹੈ ਹੁਣ ਜਨਾਬ ਇਹ ਟਾਪ ਸਿਟੀ ਕੇਸ ਜਿਹੜਾ ਇਹਦੇ ਵਿੱਚ ਇਨਕੁਆਰੀ ਦਾ ਹੁਕਮ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਤੇ وزارت ਤੇ ਦਫਾ ਜਿਹੜੀ ਹੈ ਉਹ ਹੁਣ ਇਹਦੇ ਕੋਲੋਂ ਇਨਕੁਆਰੀ ਕਰੇਗੀ ਫੈਜ਼ ਉਮੀਦ ਸਾਹਿਬ ਕੋਲ ਔਰ ਇਹਦੇ ਜਿੰਨੇ ਵੀ ਗੰਦੇ ਕਰਤੂਤ ਨੇ ਉਹ ਸਾਹਮਣੇ ਲੈ ਕੇ ਆਏਗੀ ਉਹਦੇ ਚ ਫੈਜ਼ਾਬਾਦ ਤਰਨਾ ਹੋ ਗਿਆ ਟਾਪ ਸਿਟੀ ਹੋ ਗਿਆ ਹੋਰ ਇਹਦੇ بڑے 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 ਜੁਰਾਇਮ ਨੇ ਜ਼ਮੀਨਾਂ ਤੇ ਕਬਜ਼ੇ ਪਲਾਜ਼ਾਾਂ ਤੇ ਕਬਜ਼ੇ ਜ਼ਰੀ ਜ਼ਮੀਨਾਂ 5 ਅਰਬ ਦਾ ਮਹਿਲ ਬੈਂਕ ਬੈਲੈਂਸ ਪਤਾ ਨਹੀਂ ਕੀ ਕੀ ਇਹਦੇ ਕੋਲ ਤੇ ਇਹ ਹੁਣ ਇਨਕੁਆਇਰੀ ਜਿਹੜੀ ਹੈ ਹੋਣੀ ਹੈ ਸਿਆਸੀ ਮਦਖਲਤ ਜਿਹੜਾ ਉਹ ਵੀ ਇਹਦੇ ਵਿੱਚ ਆਏਗੀ ਔਰ ਤਰੀਕੇ ਇਨਸਾਫ ਦੇ ਵੀ ਲੋਗ ਇਹਦੇ ਤੇ ਇਲਜ਼ਾਮਾਤ ਲਾਣਾ ਸ਼ੁਰੂ ਹੋ ਗਏ ਨੇ ਉਹ ਵੀ ਕਹਿ ਰਹੇ ਨੇ ਕਿ ਸਾਨੂੰ ਫੈਜ਼ ਨੇ ਮਰਵਾਇਆ ਹੈ ਫੈਜ਼ ਜਿਹੜਾ ਉਹ ਆਰਮੀ ਚੀਫ ਬਣਨਾ ਚਾਹੁੰਦਾ ਸੀ ਤੇ ਉਹ ਸਾਨੂੰ ਇਸਤੇਮਾਲ ਕਰ ਰਿਹਾ ਸੀ ਇਹ ਹੁਣ ਜ਼ੁਲਫੀ ਬੁਹਾਰੀ ਕਹਿ ਰਿਹਾ ਇੰਟਰਵਿਊ ਦੇ ਵਿੱਚ ਤੇ ਜ਼ਹਰੀ ਗੱਲ ਹੈ ਕੁਝ ਹੋਰ ਲੋਗ ਵੀ ਆ ਕੇ ਅਗਲੇ ਚੰਨ ਦਿਨਾਂ ਦੇ ਵਿੱਚ ਇਹ ਬਿਆਨات ਦੇਣਗੇ ਕਿ ਫੈਜ਼ਮੀ ਜਿਹੜਾ ਉਹਨੇ ਸਾਨੂੰ ਮਰਵਾਇਆ ਤੇ ਉਹਨੇ ਇਹ ਸਾਰਾ ਕੁਝ ਕੀਤਾ ਤੇ ਉਹੀ ਇਹਦੇ ਪਿੱਛੇ ਆ ਤੇ ਉਹ ਨਹੀਂ ਇਹ ਕੀਤਾ ਤੇ ਉਹਨੇ ਹੀ ਕ腐ਸ਼ਨ ਕੀਤੀ ਤੇ ਉਹਨੇ ਹੀ ਗੋਗੀਆਂ ਤੇ ਪੀਰਨੀਆਂ ਪੈਦਾ ਕੀਤੀਆਂ ਅਸੀਂ ਤੇ ਸਾਰੇ ਮਾਸੂਮ ਆ ਤੇ ਇਹ ਹੁਣ ਕਹਿਣ ਨਾਲ ਇਹ ਹੀ ਕਹਿੰਦੇ ਨੇ ਕਿ ਅਗਰ ਇਹ ਸਾਰਾ ਕੁਝ ਜਿਹੜਾ ਏ ਵਾਜ਼ਿਆ ਹੋ ਜਾਂਦਾ ਇਹ ਇਲਜ਼ਾਮਾਤ ਜਿਹੜੇ ਨੇ ਇਹ ਖਾਤਾ ਨਿਕਲ ਆਉਂਦਾ ਜੋ ਕਿ ਨਿਕਲਣਾ ਚਾਹੀਦਾ ਤੇ ਇਹਨੂੰ ਨੌਕਰੀ ਤੇ ਬਹਾਲ ਕੀਤਾ ਜਾਏਗਾ ਫੈਜ਼ਮੀ ਬਹਾਲ ਕਰਕੇ ਤੇ ਫਿਰ ਇਹਦਾ ਕੋਰਟ ਮਾਰਸ਼ਲ ਕੀਤਾ ਜਾਏਗਾ ਤੇ ਅਗੰਗਲ ਜਿਹੜੀ ਉਹ ਤੁਰੇਗੀ ਤੇ ਬਹਰ ਇਹ ਇਹ ਵੱਡਾ ਜੱਜ ਤੇ ਵੱਡਾ ਜਰਨੈਲ ਇਹਨਾਂ ਦੀ ਸਖਤੀ ਆਉਂਦੀ ਸਾਨੂੰ ਨਜ਼ਰ ਆਉਂਦੀ ਏ ਤੇ ਨਿਆਜ਼ੀ ਸਾਹਿਬ ਵੀ ਰਹੇ ਨੇ ਉਹਨਾਂ ਦਾ ਬਚਣਾ ਜਿਹੜਾ ਉਹ ਸਾਨੂੰ ਤੇ ਕਿਸੇ ਸੁਰਤ ਵੀ ਨਜ਼ਰ ਨਹੀਂ ਆਉਂਦਾ ਪਤਾ ਨਹੀਂ ਉਹਨੂੰ ਯੁੱਥੀਏ ਕਿਹੜੇ ਖਾਬ ਵੰਦ ਨੇ ਬਹੁਤ ਸ਼ੁਕਰੀਆ